ਜ਼ੋਰ ਹੈ ਰੈਡ ਐਫ ਐਮ। ਇੱਕ ਹੋਰ ਇਸ਼ੂ ਜਿਹੜਾ ਸਾਡੇ ਭਾਈਚਾਰੇ ਦੇ ਵਿੱਚ ਆਇਆ, ਵੇਖਿਆ ਗਿਆ ਕਿ ਜਿਹੜੇ ਟਰੱਕਰਸ ਨੇ ਉਹਨਾਂ ਨੂੰ ਅਸੈਂਸ਼ੀਅਲ ਸਰਵਿਸਿਜ਼ ਤਾਂ ਕਰਾਰ ਦੇ ਦਿੱਤਾ ਗਿਆ, ਲੇਕਿਨ ਜਦੋਂ ਟਰੱਕਰਸ ਇੱਥੇ ਚੱਲਦੇ ਸਨ ਤਾਂ ਉਹਨਾਂ ਨੂੰ ਬਾਥਰੂਮ ਫੈਸਿਲਿਟੀਜ਼ ਦੀ ਕਾਫੀ ਤਕਲੀਫ ਹੋਈ। ਔਰ ਟਾਕ ਸ਼ੋਅਜ਼ ਦੇ ਵਿੱਚ ਬਾਕਾਇਦਾ ਤੌਰ 'ਤੇ ਇਹ ਗੱਲ ਦਾ ਜ਼ਿਕਰ ਹੁੰਦਾ ਰਿਹਾ। ਬਹੁਤ ਸਾਰੇ ਟਰੱਕਰਸ ਨੇ ਸਾਨੂੰ ਸੁਨੇਹੇ ਵੀ ਭੇਜੇ ਔਰ ਰੈਡ ਐਫ ਐਮ ਦੇ ਉੱਤੇ ਵੀ ਉਹਨਾਂ ਨੇ ਇਹ ਗੱਲਬਾਤ ਕੀਤੀ। ਅਤੇ ਉਸ ਤੋਂ ਬਾਅਦ ਅਸੀਂ, ਸਾਡੀ ਟੀਮ ਨੇ, ਸਾਡੀ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਇਸ ਦੇ ਮਤਲਬ ਜ਼ਰੂਰ ਕਰਨਾ ਚਾਹੀਦਾ। ਸਾਡੇ ਸੁਣਨ ਵਾਲਿਆਂ ਦਾ ਬਹੁਤ ਵੱਡਾ ਹਿੱਸਾ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ। ਸੋ ਅਸੀਂ ਇਹ ਪੋਰਟੇਬਲ ਬਾਥਰੂਮ ਰੱਖਣ ਦਾ ਫੈਸਲਾ ਕੀਤਾ, ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਵੀ ਸੀ, ਨਾਲ ਦੀ ਨਾਲ ਅਸੀਂ ਤੁਹਾਨੂੰ ਦੱਸਦੇ ਰਹੇ। ਹੁਣ ਫਾਈਨਲੀ, ਕਿਉਂਕਿ ਇਹਦੇ ਵਿੱਚ ਜਿਹੜੀਆਂ ਪਰਮਿਸ਼ਨਸ ਵਗੈਰਾ ਕਾਫੀ ਜ਼ਰੂਰਤ ਸੀ, ਮਿਊਂਸਪਲ ਪਰਮਿਸ਼ਨ ਅਤੇ ਫਿਰ ਪ੍ਰੋਵਿੰਸ਼ੀਅਲ ਪਰਮਿਸ਼ਨ, ਉਹ ਲੈਣ ਤੋਂ ਬਾਅਦ ਹੁਣ ਕੁਝ ਬਾਥਰੂਮ ਰੱਖ ਦਿੱਤੇ ਗਏ ਨੇ। ਇਹਨਾਂ ਦੇ ਮੁਤਲਕ ਅੱਜ ਸਾਡੇ ਪ੍ਰੈਜ਼ੀਡੈਂਟ ਅਤੇ CEO ਕੁਲਵਿੰਦਰ ਸਿੰਘ ਸੰਘੇੜਾ ਕੁਝ ਮਿੰਟਾਂ ਤੱਕ ਗੱਲਬਾਤ ਕਰਨਗੇ, ਦੱਸਣਗੇ ਕਿ ਇਹਦੀਆਂ ਲੋਕੇਸ਼ਨਸ ਕੀ ਨੇ ਅਤੇ ਕੀ ਡੀਲ ਹੈ। ਕੁਲਵਿੰਦਰ ਜੀ, ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਜੀ ਸਰ, ਗੁੱਡ ਮਾਰਨਿੰਗ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਲਵਿੰਦਰ, ਪਹਿਲਾਂ ਤਾਂ ਆਪਾਂ ਜਿਹਨਾਂ ਲੋਕਾਂ ਨੂੰ ਹਾਲੇ ਬਹੁਤਾ ਪਤਾ ਨਹੀਂ, ਉਹਨਾਂ ਨੂੰ ਇਹ ਦੱਸੀਏ ਵੀ ਆਪਾਂ ਜਦੋਂ ਫੈਸਲਾ ਕੀਤਾ ਤਾਂ ਉਹਦੇ ਪਿੱਛੇ ਕੀ ਕਾਰਨ ਸੀ। ਭਾਅ ਜੀ, ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਇਹਨੂੰ ਔਨ ਏਅਰ 'ਤੇ ਲਿਆ ਕੇ ਡਿਸਕਸ ਕੀਤਾ ਤਾਂ ਕਿ ਆਪਾਂ ਸਮਝ ਸਕੇ ਕਿ ਸਾਡੇ ਟਰੱਕ ਵੀਰਾਂ ਦੀ ਮੁਸ਼ਕਲ ਕੀ ਆ। ਉਸ ਦੇ ਵਿੱਚ ਜਿੰਨਾ ਵੀ ਕੰਮ ਹੋਇਆ, ਪਹਿਲਾਂ ਮੈਂ ਨਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹਨਾਂ ਜਿਹਨਾਂ ਡਿਪਾਰਟਮੈਂਟ ਨੇ ਸਾਡੀ ਮਦਦ ਕੀਤੀ ਇਹਦੇ ਵਿੱਚ। ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਤਾਂ ਸਾਡੇ ਰੈਡ ਐਫ ਐਮ ਲਿਸਨਰਸ ਦਾ ਧੰਨਵਾਦ, ਜਿਹਨਾਂ ਨੇ ਸਾਨੂੰ ਇਨਕਰੇਜਮੈਂਟ ਦਿੱਤਾ ਇਹ। ਫਿਰ BC ਗਵਰਨਮੈਂਟ ਦਾ, ਮਿਨਿਸਟਰ ਆਫ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰਕਚਰ, ਮਿਨਿਸਟਰ ਐਂਡ ਐਗਜ਼ੈਕਟਿਵ ਸਟਾਫ ਐਟ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰਕਚਰ, ਗਰਾਊਂਡ ਸਟਾਫ ਐਟ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰਕਚਰ, ਸਪੈਸ਼ਲੀ ਸਿਟੀ ਆਫ ਡੈਲਟਾ, ਮੇਅਰ ਜੋਰਜ ਹਾਰਵੀ ਅਤੇ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ, ਪਰਮ ਗਰੇਵਾਲ, ਡਾਇਰੈਕਟਰ ਆਫ ਪਬਲਿਕ ਇੰਗੇਜਮੈਂਟ ਐਂਡ ਇੰਟਰੋ ਗਵਰਨਮੈਂਟਲ ਅਫੇਅਰਸ, ਅਤੇ ਕਲੀਨਿੰਗ ਐਂਡ ਮੇਨਟੇਨੈਂਸ ਸਟਾਫ, ਪਰਮ ਪਿੰਦਰ ਬਾਗੜੀ, ਮੇਪਲ ਲੀਫ ਡਿਸਪੋਜ਼ਲ ਐਂਡ ਲਿਮਿਟਡ। ਇਹ ਸਾਰਿਆਂ ਨੇ ਸਾਡੇ ਨਾਲ ਰਲ ਕੇ ਕੰਮ ਕੀਤਾ ਤਾਂ ਕਿ ਅਸੀਂ ਇਹ ਜੋ ਮੁਸ਼ਕਲ ਆ ਟਰੱਕ ਵੀਰਾਂ ਨੂੰ ਆ ਰਹੀ ਹੈ ਉਹਨੂੰ ਸੋਲਵ ਕਰਨ ਦੇ ਵਿੱਚ ਅਸੀਂ, ਇਹਨਾਂ ਨੇ ਸਾਰਿਆਂ ਨੇ ਸਾਡੇ ਨਾਲ 2-3 ਹਫ਼ਤੇ ਰਲ ਕੇ ਕੰਮ ਕੀਤਾ। ਲੋਕੇਸ਼ਨਸ ਕਿਹੜੀ ਕਿਹੜੀਆਂ ਨੇ, ਕਿੱਥੇ ਕਿੱਥੇ ਹੁਣ ਰੱਖੇ ਆ? ਜਦੋਂ ਭਾਅ ਜੀ ਤੁਸੀਂ ਸ਼ੋਅ ਕੀਤਾ ਸੀਗਾ ਤਾਂ ਕਾਫੀ ਲੋਕੇਸ਼ਨਸ ਟਰੱਕ ਵੀਰਾਂ ਨੇ ਸਰੀ ਅਤੇ ਡੈਲਟਾ ਦੇ ਵਾਸਤੇ ਸੁਜੈਸਟ ਕੀਤੀਆਂ ਸੀਗੀਆਂ। ਕੁਛ ਲੋਕੇਸ਼ਨ ਡੈਲਟਾ ਦੇ ਵਿੱਚ ਆਉਂਦੀਆਂ ਸੀ, ਤਾਂ ਫਿਰ ਪੂਜਾ ਨੇ ਸਿਟੀ ਆਫ ਡੈਲਟਾ ਦੇ ਨਾਲ ਕੰਮ ਕੀਤਾ, ਪਰਮ ਗਰੇਵਾਲ ਅਤੇ ਮੇਅਰ ਹਰਵੀ ਨਾਲ। ਉਹਨਾਂ ਦੇ ਇੰਜੀਨੀਅਰਿੰਗ ਡਿਪਾਰਟਮੈਂਟ ਨੇ ਫਿਰ ਜਿਹੜੀਆਂ ਲੋਕੇਸ਼ਨ ਕਨਫਰਮ ਕੀਤੀਆਂ ਸੀ ਉੱਥੇ ਜਾ ਕੇ ਵਿਜ਼ਿਟ ਕੀਤਾ, ਅਤੇ ਉਹਨਾਂ ਨੇ ਫਿਰ ਕਨਫਰਮ ਕੀਤਾ ਕਿ ਯੈਸ, 3 ਲੋਕੇਸ਼ਨ ਜਿਹੜੀਆਂ ਡੈਲਟਾ ਦੇ ਵਿੱਚ ਆ ਉਹ ਯੂਜ਼ ਹੋ ਸਕਦੀਆਂ, ਅਤੇ ਉਹਨਾਂ ਨੇ ਉੱਥੇ ਰਿਕੁਐਸਟ ਕੀਤੀ ਅਤੇ ਉਹ ਫੈਸਿਲਿਟੀ ਅਵੇਲੇਬਲ ਕਰਵਾ ਦਿੱਤੀ। ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਡੈਲਟਾ ਦੇ ਵਿੱਚ ਕਿੱਥੇ ਟਰੱਕ ਵੀਰ ਯੂਜ਼ ਕਰ ਸਕਦੇ ਨੇ। ਇੱਕ ਹੈਗਾ 7389 ਰਿਵਰ ਰੋਡ, ਹਸਕੀ ਗੈਸ ਸਟੇਸ਼ਨ ਆ, ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ, ਵਾਸ਼ਰੂਮ ਅਵੇਲੇਬਲ ਆ। ਦੂਸਰਾ ਹੈਗਾ 10108 ਨੋਡਲ ਕੋਰਟ, ਇੱਥੇ ਹੈਗਾ SO ਗੈਸ ਸਟੇਸ਼ਨ, ਇਹ ਵੀ ਟਰੱਕ ਵੀਰਾਂ ਵਾਸਤੇ ਵਾਸ਼ਰੂਮ ਅਵੇਲੇਬਲ ਕਰ ਦਿੱਤਾ। ਇਹਦੇ ਓਪੋਜ਼ਿਟ ਹੀ ਨੋਡਲ 'ਤੇ ਇੱਕ ਹੈਗਾ ਪ੍ਰੋਵਿੰਸ਼ੀਅਲ ਟਰੱਕ ਸਟਾਪ, ਉੱਥੇ ਵੀ ਵਾਸ਼ਰੂਮ ਅਵੇਲੇਬਲ ਕਰ ਦਿੱਤਾ। ਸੋ ਇਹ 3 ਵਾਸ਼ਰੂਮ ਡੈਲਟਾ ਦੇ ਵਿੱਚ ਟਰੱਕ ਵੀਰ ਯੂਜ਼ ਕਰ ਸਕਦੇ ਨੇ। ਸਰੀ ਦੇ ਵਿੱਚ ਜਿਹੜਾ ਜਿੱਥੇ ਜ਼ਿਆਦਾ ਰਿਕੁਐਸਟ ਆ ਰਹੀ ਸੀ ਕਿ ਬਈ ਬੋਰਡਰ ਦੇ ਲਾਗੇ ਹਾਈਵੇ 15 'ਤੇ ਕੀਤਾ ਜਾਵੇ ਵਾਸ਼ਰੂਮਸ ਅਵੇਲੇਬਲ। ਹੁਣ ਜਦੋਂ ਤੁਸੀਂ ਇੱਧਰੋਂ ਜਾਂਦੇ ਹਾਂ ਹਾਈਵੇ 15 ਦੇ ਟੂਵਰਡ US 8th ਐਵਨਿਊ ਪਾਸ ਕਰਕੇ, ਉੱਥੇ ਟਰੱਕ ਦੀ ਸਟੋਪੇਜ ਵਾਸਤੇ ਹੈਗਾ, ਅਤੇ ਉੱਥੇ ਪੋਰਟੇਬਲ ਵਾਸ਼ਰੂਮ ਅਵੇਲੇਬਲ ਕੀਤਾ ਗਿਆ ਆ। ਮੈਂ ਕੱਲ੍ਹ ਵਿਜ਼ਿਟ ਕਰਕੇ ਵੀ ਆਇਆ ਥਿੰਦ ਭਾਅ ਜੀ, ਸਾਰੇ ਚੈੱਕ ਕਰਕੇ ਆਇਆ ਕਿ ਸਾਰੇ ਸਾਰੇ ਫੰਕਸ਼ਨਲ ਆ ਜੀ। ਅਤੇ ਦੂਸਰੇ 2 ਵਾਸ਼ਰੂਮ ਹਾਈਵੇ 91 'ਤੇ ਨੋਡਲ ਅਬਾਊਂਡ ਟਰੱਕ ਪੁੱਲ ਆਊਟ, ਇਹ 91 'ਤੇ ਹਾਈਵੇ 10 ਦੇ ਲਾਗੇ ਜਿਹੜਾ ਹਾਈ ਪੁੱਲ ਆਊਟ ਆ, ਉੱਥੇ 2 ਵਾਸ਼ਰੂਮ ਅਤੇ ਇੱਕ ਵੱਡਾ ਗਾਰਬੇਜ ਬਿਨ ਰੱਖਿਆ ਗਿਆ ਕਿ ਟਰੱਕ ਵੀਰ ਉਹਨੂੰ ਯੂਜ਼ ਕਰ ਸਕਣ। ਇੱਕ ਰਿਕੁਐਸਟ ਕਰਦਾ ਵੀ ਆ, ਹਾਂਜੀ, ਹੱਥ ਧੋਣ ਦਾ ਇੰਤਜ਼ਾਮ, ਹੱਥ ਧੋਣ ਦਾ ਜਿਹੜਾ ਇੰਤਜ਼ਾਮ ਸੀ ਉਹ ਕਹਿੰਦੇ ਸੀ ਵੀ ਉਹ ਹੈਂਡ ਸੈਨੀਟਾਈਜ਼ਰ ਰੱਖ ਦਿੱਤੇ। ਉਹ ਕਹਿੰਦੇ ਕਿ ਜੇ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਜੇ ਟਰੱਕ ਵੀਰ ਜੇ ਪਾਣੀ ਆਪਣੇ ਕੋਲ ਰੱਖ ਸਕਦੇ ਨੇ, ਜਾਂ ਪਾਣੀ ਦਾ ਇੰਤਜ਼ਾਮ ਨਹੀਂ ਹੋ ਸਕਿਆ। ਉਹ ਕਹਿੰਦੇ ਕਿ ਜੇ ਵੀ ਮੋਸਟ ਟਰੱਕ ਵੀਰ ਇੱਦਾਂ ਆ ਕਿ ਪੋਸੀਬਲ ਹੈ ਕਿ ਆਪਣੇ ਕੋਲ ਪਾਣੀ ਰੱਖ ਲੈਣ, ਪਰ ਸੈਨੀਟਾਈਜ਼ਰ ਹੋਏਗਾ, ਹੈਂਡ ਸੈਨੀਟਾਈਜ਼ਰ ਹੋਏਗਾ। ਪਲੱਸ ਕੀ ਹੋਊਗਾ ਕਿ ਵੀਕ ਹਫ਼ਤੇ ਦੇ ਵਿੱਚ 3 ਵਾਰੀ
ਉੱਥੇ ਸਰਵਿਸ ਪ੍ਰੋਵਾਈਡ ਕੀਤੀ ਜਾਵੇਗੀ। ਤਾਂ ਮੈਂ ਵੀ ਕੋਸ਼ਿਸ਼ ਕਰੂੰਗਾ ਕਿਉਂਕਿ ਪਹਿਲੇ ਦੋ ਹਫ਼ਤੇ ਮੈਂ ਵਿਜ਼ਿਟ ਕਰਦਾ ਰਹੂੰਗਾ, ਵੰਸ ਏ ਵੀਕ ਮੈਂ ਵੀ ਜਾ ਕੇ ਦੋ ਜਗ੍ਹਾ 'ਤੇ ਜਾ ਕੇ ਦੇਖਦਾ ਰਹੂੰਗਾ ਕਿ ਵੀ ਠੀਕ ਹੈ। ਜੇ ਸਰਵਿਸ ਡੇਲੀ ਦੀ ਜ਼ਰੂਰਤ ਪਈ ਤਾਂ ਫਿਰ ਡੇਲੀ ਸਰਵਿਸ ਕੀਤੀ ਜਾਊਗੀ ਜੀ। ਸੋ ਬਾਕੀ ਸਾਰੇ ਸੇਫ ਨੇ ਲੋਕੇਸ਼ਨਸ ਇਹ? ਹਾਂਜੀ, ਸਾਰੀਆਂ ਲੋਕੇਸ਼ਨ ਸੇਫ ਸੇਫ ਹਨ ਜੀ। ਹੋਰ ਅਖੀਰ ਦੇ ਵਿੱਚ ਤੁਸੀਂ ਸਾਡੇ ਟਰੱਕਰ ਨੂੰ ਖਾਸ ਤੌਰ 'ਤੇ ਕੀ ਕਹਿਣਾ ਚਾਹੋਗੇ? ਟਰੱਕਰ ਵੀਰਾਂ ਦਾ ਤਾਂ ਲਿਸਨਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਹ ਓਪਰਚੁਨਿਟੀ ਦਿੱਤੀ ਆ ਕਿ ਅਸੀਂ ਐਜ਼ ਏ ਰੈੱਡ ਐਫਐਮ, ਮੈਂ ਹਮੇਸ਼ਾ ਕਹਿੰਦਾ ਕਿ ਰੈੱਡ ਐਫਐਮ ਬਾਏ ਦੀ ਕਮਿਊਨਿਟੀ ਫੋਰ ਦੀ ਕਮਿਊਨਿਟੀ, ਅਸੀਂ ਕਮਿਊਨਿਟੀ ਦੇ ਨਾਲ ਹੀ ਰਲ ਕੇ ਚੱਲਦੇ ਹਾਂ। ਕਦੀ ਵੀ ਕਿਤੇ ਵੀ ਕੋਈ ਮੁਸ਼ਕਿਲ ਆਉਂਦੀ ਹੈ ਸਾਡੀ ਕਮਿਊਨਿਟੀ ਸਾਡੇ ਨਾਲ ਜੁੜਦੀ ਹੈ। ਇਹ ਵੀ ਸਾਡੀ ਕਮਿਊਨਿਟੀ ਦਾ ਇੱਕ ਮਸਲਾ ਸੀ ਤਾਂ ਸਾਡੀ ਕਮਿਊਨਿਟੀ ਨੇ ਸਾਡੇ ਨਾਲ ਰਲ ਕੇ ਸਾਡੀ ਮਦਦ ਕੀਤੀ ਹੈ ਅਤੇ ਅਸੀਂ ਫਿਰ ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਜੀ। ਰੈੱਡ ਐਫ ਐਮ।